ਸਸਕਾ ਦੋਸਤੋ ਦੋਸਤੋ ਨਵੀਂ ਅਨਾਉਂਸਮੈਂਟ ਆਈ ਜਿਸ ਦੇ ਵਿੱਚ 15 ਮਈ ਤੋਂ ਬਾਅਦ ਤੋਂ ਜਿਹੜੀਆਂ ਪੀਪੀਪੀ ਕਾਲਜਸ ਨੇ ਉਹਨਾਂ ਦੇ ਵਿੱਚ ਅਗਰ ਤੁਸੀਂ ਐਡਮਿਸ਼ਨ ਲੈਂਦੇ ਹੋ ਉਹਨਾਂ 'ਚ ਪੜ੍ਹਾਈ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਸੋ ਅਗਰ ਤੁਸੀਂ ਪੀਪੀਪੀ 'ਚ ਐਡਮਿਸ਼ਨ ਲੈਣਾ ਚਾਹ ਰਹੇ ਹੋ ਬਿਫੋਰ 15 ਮਈ ਤਾਂ ਸਕਰੀਨ ਦੇ ਦਿੱਤੇ ਹੋਏ ਨੰਬਰ 'ਤੇ ਕਾਲ ਕਰੋ ਜਾਂ ਫਿਰ ਅਗਰ ਤੁਸੀਂ ਪਬਲਿਕ ਇੰਸਟੀਟਿਊਸ਼ਨਸ ਐਡਮਿਸ਼ਨਸ ਲੈਣਾ ਚਾਹ ਰਹੇ ਹੋ ਤਾਂ ਸਕਰੀਨ ਦੇ ਦਿੱਤੇ ਹੋਏ ਨੰਬਰ 'ਤੇ ਕਾਲ ਕਰੋ ਬ੍ਰਾਂਟਨ ਇਮੀਗ੍ਰੇਸ਼ਨ ਕੰਸਲਟੈਂਸੀ ਫ੍ਰੀ ਆਫ ਕਾਸਟ ਤੁਹਾਡੇ ਕਾਲਜਿਸ ਚੇਂਜ ਕਰਵਾ ਕੇ ਦੇਵੇਗੀ